ਸਤਿ ਸ਼੍ਰੀ ਅਕਾਲ ਮਾਈ ਪੰਜਾਬੀ ਟੀ ਵੀ ਤੁਸੀਂ ਦੇਖ ਰਹੇ ਹੋ ਅਤੇ ਮੈਂ ਹਾਂ ਜੈ ਵਰਮਾ। ਇਸ ਸਮੇਂ ਜਲੰਧਰ ਦੇ ਵਿੱਚ ਪਹੁੰਚੇ ਹੋਏ ਹਾਂ ਔਰ ਕਿਸੇ ਵੀ ਪਲ ਵੋਟਿੰਗ ਜਿਹੜੀ ਹੈ ਸ਼ੁਰੂ ਹੋਣ ਵਾਲੀ ਹੈ। ਤਮਾਮ ਤਸਵੀਰਾਂ ਪਹਿਲਾਂ ਦਿਖਾ ਦਿੰਦੇ ਔਰ ਉਸ ਤੋਂ ਬਾਅਦ ਲਗਾਤਾਰ ਗੱਲਬਾਤ ਕੀਤੀ ਜਾਵੇ ਤਾਂ ਇੱਥੇ ਪੁਲਿਸ ਜਿਹੜੀ ਹੈਗੀ ਹੈ ਰਾਊਂਡ ਅਪ ਕਰਦੀ ਨਜ਼ਰ ਆ ਰਹੀ ਹੈ, ਚਾਹੇ ਉਹ PCR ਦੇ ਵਿੱਚ ਹੋਵੇ ਜਾਂ ਫਿਰ 2-wheeler 'ਤੇ ਹੋਵੇ। ਅਤੇ ਲਾਗੇ ਤਾਗੇ ਜਿਹੜੇ ਨੇ ਬਿਲਕੁਲ ਤਮਾਮ ਬੈਰੀਕੇਡ ਲਗਾਏ ਗਏ ਨੇ ਔਰ ਅੱਗੇ ਪਾਸੇ ਦਾ ਜਿਹੜਾ ਏਰੀਆ ਹੈਗਾ ਉਹਨੂੰ ਬੈਰੀਕੇਡ ਲਗਾ ਕੇ ਬੰਦ ਕੀਤਾ ਗਿਆ ਔਰ ਕਿਸੇ ਉੱਪਰੇ ਬੰਦੇ ਨੂੰ ਅੰਦਰ ਆਉਣ ਦੀ ਜਿਹੜੀ ਇਜਾਜ਼ਤ ਹੈ ਉਹ ਨਹੀਂ ਦਿੱਤੀ ਜਾ ਰਹੀ। ਹਾਲਾਂਕਿ ਤੁਸੀਂ ਦੇਖ ਸਕਦੇ ਹੋ ਪਿੱਛੇ ਵੀ ਪੁਲਿਸ ਜਿਹੜੀ ਹੈ ਲਗਾਤਾਰ ਰਾਊਂਡ ਅਪ ਕਰਦੀ ਨਜ਼ਰ ਆ ਰਹੀ ਔਰ ਇਹ ਜਿਹੜੀ ਹੈ ਪੁਲਿਸ ਹੈ ਇਹ ਤਮਾਮ ਗਲੀਆਂ ਦੇ ਵਿੱਚ ਦੇਖ ਰਹੀ ਹੈ ਕਿ ਕੋਈ ਇੱਦਾਂ ਦੀ ਗੱਲ ਨਾ ਹੋਵੇ ਜਿਸ ਕਰਕੇ ਕੋਈ ਸ਼ਰਾਰਤੀ ਅੰਸਰ ਇੱਧਰ ਆਵੇ ਜਾਂ ਫਿਰ ਕੋਈ ਇੱਦਾਂ ਦੀ ਗੱਲ ਨਾ ਹੋਵੇ ਕਿ ਆਮ ਲੋਕਾਂ ਨੂੰ ਨੁਕਸਾਨ ਹੋ ਜਾਵੇ। ਤਾਂ ਪੁਲਿਸ ਦੂਜੀ ਤਰਫ ਇਹ ਵੀ ਦੇਖ ਰਹੀ ਹੈ ਅਤੇ ਦੇਖ ਸਕਦੇ ਹੋ ਪੁਲਿਸ ਦੀਆਂ ਗੱਡੀਆਂ ਜਿਹੜੀਆਂ ਨੇ ਲਗਾਤਾਰ ਇੱਥੇ ਘੁੰਮ ਰਹੀਆਂ ਨੇ ਔਰ ਹੁਣ ਗੱਲ ਕਰਦੇ ਹਾਂ ਕਾਊਂਟਿੰਗ ਦੀ। ਕਾਊਂਟਿੰਗ ਕਿਸੇ ਵੀ ਪਲ ਜਿਹੜੀ ਹੈ ਸ਼ੁਰੂ ਹੋਣ ਵਾਲੀ ਹੈ ਔਰ ਕਾਊਂਟਿੰਗ ਤੋਂ ਪਹਿਲਾਂ ਦੀ ਗੱਲ ਕਰ ਲੈਂਦੇ ਹਾਂ। ਹਰ ਇੱਕ ਪਾਰਟੀ ਚੋਣ ਮੈਦਾਨ ਦੇ ਵਿੱਚ ਸੀਗੀ, ਹਰ ਇੱਕ ਨੇ ਕਿਤੇ ਨਾ ਕਿਤੇ ਪੂਰਾ ਜ਼ੋਰ ਲਾਇਆ ਚੋਣ ਪ੍ਰਚਾਰ ਦੇ ਵਿੱਚ, ਲੋਕਾਂ ਤੱਕ ਪਹੁੰਚਣ ਦੇ ਵਿੱਚ ਕਿ ਆਖਰ ਲੋਕਾਂ ਤੱਕ ਪਹੁੰਚ ਜਿਹੜੀ ਹੈ ਕਿੱਦਾਂ ਕੀਤੀ ਜਾਵੇ ਔਰ ਲੋਕਾਂ ਤੋਂ ਖਾਸ ਕਰ ਜਿਹੜੀ ਹੈ ਵੋਟ ਜਿਹੜੀ ਹੈ ਉਹਨਾਂ ਦੀ ਕਿਸ ਤਰ੍ਹਾਂ ਆਪਣੀ ਪਾਰਟੀ ਦੇ ਪ੍ਰਤੀ ਜਿਹੜੀ ਹੈ ਉਹਨਾਂ ਦੀ ਵੋਟ ਕੀਤੀ ਜਾਵੇ। ਤਾਂ ਤਮਾਮ ਜਿਹੜੇ ਨੇ ਕੈਂਡੀਡੇਟਸ ਨੇ ਚੋਣ ਪ੍ਰਚਾਰ ਦੇ ਵਿੱਚ ਲੱਗੇ ਰਹੇ, ਪਰ ਇੱਕ ਨਾਂ ਜਦੋਂ ਤੋਂ ਜਲੰਧਰ ਦੇ ਵਿੱਚ ਆਇਆ ਤਾਂ ਇਹ ਜਲੰਧਰ ਦੀ ਸੀਟ ਜਿਹੜੀ ਹੈ ਹੋਟ ਸੀਟ ਬਣਦੀ ਦਿਖਾਈ ਦਿੱਤੀ। ਅਸੀਂ ਗੱਲ ਕਰ ਰਹੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ, ਉਹ ਜਲੰਧਰ ਦੇ ਵਿੱਚ ਪਹੁੰਚੇ ਅਤੇ ਉਸ ਤੋਂ ਬਾਅਦ ਲਗਾਤਾਰ ਇਹ ਜਿਹੜਾ ਜਲੰਧਰ ਦੀ ਚੋਣ ਸੀਗੀ ਉਹ ਲਗਾਤਾਰ ਦਿਲਚਸਪ ਜਿਹੜੀ ਆ ਹੁੰਦੀ ਗਈ। ਔਰ ਦੂਜੀ ਤਰਫ ਸੁਸ਼ੀਲ ਕੁਮਾਰ ਰਿੰਕੂ ਦੀ ਗੱਲ ਕਰ ਲੈਂਦੇ। ਸੁਸ਼ੀਲ ਕੁਮਾਰ ਰਿੰਕੂ ਪਹਿਲਾਂ ਕਾਂਗਰਸ ਦੇ ਵਿੱਚ ਹੁੰਦੇ, ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਜਾਂਦੇ ਆ ਔਰ ਉਸ ਤੋਂ ਬਾਅਦ ਜਿਹੜੀ ਹੈ ਇੱਥੋਂ ਲੋਕ ਸਭਾ ਦੀ ਚੋਣ ਜਿਹੜੀ ਆ ਉਹ ਜਿੱਤਦੇ ਨੇ ਅਤੇ ਉਸ ਤੋਂ ਬਾਅਦ ਜਿੱਤਣ ਤੋਂ ਬਾਅਦ ਅਤੇ ਚੋਣਾਂ ਤੋਂ ਕੁਛ ਦਿਨ ਪਹਿਲਾਂ ਹੀ BJP ਜੁਆਇਨ ਕਰ ਲੈਂਦੇ ਨੇ ਅਤੇ ਹੁਣ ਵੀ ਉਹ ਵੀ ਚੋਣ ਮੈਦਾਨ ਦੇ ਵਿੱਚ ਨੇ। ਔਰ ਪਵਨ ਕੁਮਾਰ ਟਿੰਨੂ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਝਾੜੂ ਦੇ ਵਿੱਚ ਆਏ ਅਤੇ ਫਿਰ ਹੁਣ ਆਮ ਆਦਮੀ ਪਾਰਟੀ ਤੋਂ ਜਿਹੜਾ ਚੋਣ ਲੜ ਰਹੇ ਨੇ। ਅਤੇ ਇਸ ਵਾਰੀ ਦੀ ਜਿਹੜੀ ਚੋਣ ਹੈ ਕਾਫੀ ਦਿਲਚਸਪ ਜਿਹੜੀ ਹੈ ਜਲੰਧਰ ਦੀ ਰਹਿਣ ਵਾਲੀ ਹੈ, ਕਿਉਂਕਿ ਕਿਤੇ ਨਾ ਕਿਤੇ ਇਸ ਵਾਰੀ ਦੇਖਿਆ ਗਿਆ ਚੋਣ ਦੇ ਵਿੱਚ ਕਿ ਕਈ ਲੀਡਰਾਂ ਵੱਲੋਂ ਜਿਹੜੇ ਨੇ ਉਹ ਦਲ ਬਦਲੇ ਗਏ। ਪਹਿਲੀ ਵਾਰ ਹੋਇਆ ਕਿ ਇਹਨੇ ਲੀਡਰਾਂ ਵੱਲੋਂ ਜਿਹੜੇ ਨੇ ਦਲ ਬਦਲੇ ਗਏ, ਉਸ ਤੋਂ ਬਾਅਦ ਦਲ ਬਦਲਣ ਤੋਂ ਬਾਅਦ ਕਿਉਂਕਿ ਪਹਿਲਾਂ ਕੋਈ ਹੋਰ ਪਾਰਟੀ ਦੇ ਵਿੱਚ ਸੀਗੇ, ਉਸ ਤੋਂ ਬਾਅਦ ਦੂਜੀ ਪਾਰਟੀ ਦੇ ਵਿੱਚ ਜੁਆਇਨ ਕਰਕੇ ਉਸ ਪਾਰਟੀ ਦਾ ਪ੍ਰਚਾਰ ਕੀਤਾ, ਜਿਹੜੇ ਉਸ ਪਾਰਟੀ ਦੇ ਵਿੱਚ ਸੀਗੇ ਉਹ ਦੂਜੀ ਪਾਰਟੀ ਦੇ ਵਿੱਚ ਚਲੇ ਗਏ। ਤਾਂ ਲੋਕ ਜਲੰਧਰ 'ਤੇ ਕੀ ਸੋਚਦੇ ਨੇ, ਹਾਲਾਂਕਿ ਪਾਰਟੀ ਦੇ ਕੇ ਵੋਟ ਪਾਉਣਗੇ, ਕੈਂਡੀਡੇਟ ਦੇ ਕੇ ਵੋਟ ਪਾਉਣਗੇ, ਸੈਂਟਰ ਨੂੰ ਦੇ ਕੇ ਵੋਟ ਪਾਉਣਗੇ ਜਾਂ ਫਿਰ ਆਪਣੇ ਪੰਜਾਬ ਦੇ ਆਗੂ ਨੂੰ ਦੇ ਕੇ ਵੋਟ ਪਾਉਣਗੇ, ਇਹ ਚੀਜ਼ਾਂ ਜਿਹੜੀਆਂ ਨੇ ਦਿਲਚਸਪ ਰਹਿਣ ਵਾਲੀਆਂ ਨੇ। ਔਰ ਜਲੰਧਰ ਦੇ ਵਿੱਚ ਵਾਅਦੇ ਲਗਾਤਾਰ ਵੱਡੇ ਕੀਤੇ ਗਏ ਆ, ਉਸ ਸੂਬਾ ਸਰਕਾਰ ਹੋਵੇ ਜਾਂ ਸੈਂਟਰ ਦੀ ਸਰਕਾਰ ਹੋਵੇ, ਜਲੰਧਰ ਨੂੰ ਲਗਾਤਾਰ ਕਿਹਾ ਗਿਆ ਕਿ ਇਹਨੂੰ ਸਪੋਰਟਸ ਹੱਬ ਬਣਾਇਆ ਜਾਵੇਗਾ, ਵੱਡੇ ਹਸਪਤਾਲ ਇੱਧਰ ਬਣਾਏ ਜਾਣਗੇ, ਵੱਡੇ ਪ੍ਰੋਜੈਕਟ ਜਿਹੜੇ ਨੇ ਇੱਥੇ ਲਾਏ ਜਾਣਗੇ, ਵੱਡੀ ਇੰਡਸਟਰੀ ਜਿਹੜੀ ਹੈ ਇੱਥੇ ਲਾਈਆਂ ਜਾਣਗੀਆਂ। ਇਹਦੇ ਨਾਲ ਨਾਲ ਹੁਣ ਇੱਕ ਹੋਰ ਮੁੱਦਾ ਜਿਹੜਾ ਜਲੰਧਰ ਦੇ ਵਿੱਚ ਦੇਖਣ ਨੂੰ ਮਿਲਿਆ ਉਹ ਦੇਖਣ ਨੂੰ ਮਿਲਿਆ ਆਦਮਪੁਰ ਏਅਰਪੋਰਟ ਵਾਲਾ। ਆਦਮਪੁਰ ਏਅਰਪੋਰਟ ਨੂੰ ਲੈ ਕੇ ਪਹਿਲੇ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਉਹਨਾਂ ਦਾ ਨਾਮ ਜਿਹੜਾ ਹੈਗਾ ਗੁਰੂ ਰਵਿਦਾਸ ਜੀ ਦੇ ਨਾਂ 'ਤੇ ਰੱਖਿਆ ਜਾਵੇਗਾ ਔਰ ਉਸ ਤੋਂ ਬਾਅਦ ਸੁਸ਼ੀਲ ਕੁਮਾਰ ਰਿੰਕੂ ਨੇ ਉਹੀ ਗੱਲ ਕਹੀ। ਅਤੇ ਕਿਤੇ ਨਾ ਕਿਤੇ ਵਾਅਦੇ ਵੀ ਜਿਹੜੇ ਨੇ ਉਸ ਤੋਂ ਬਾਅਦ ਲਗਾਤਾਰ ਸੇਮ ਕਰਦੇ ਨਜ਼ਰ ਆਏ ਔਰ ਹਰ ਇੱਕ ਕੈਂਡੀਡੇਟ ਨੇ ਇਹੀ ਬੋਲਿਆ, ਹਰ ਇੱਕ ਉਮੀਦਵਾਰ ਨੇ ਇਹੀ ਬੋਲਿਆ ਕਿ ਅਸੀਂ ਜਿਹੜਾ
ਜਲੰਧਰ ਦਾ ਭਲਾ ਕਰਾਂਗੇ, ਜਲੰਧਰ ਦੇ ਲਈ ਪ੍ਰੋਜੈਕਟ ਲੈ ਕੇ ਆਵਾਂਗੇ। ਪਰ ਜਲੰਧਰ ਦੇ ਆਮ ਲੋਕ ਕੀ ਸੋਚਦੇ ਨੇ ਯਾਰ, ਜਲੰਧਰ ਦੇ ਵਿੱਚ ਜਿਹੜੀ ਵੀ ਵਿਧਾਨ ਸਭਾ ਹਲਕੇ ਲੱਗਦੇ ਨੇ ਇਸ ਲੋਕ ਸਭਾ ਸੀਟ ਨੂੰ, ਉਹ ਕੀ ਸੋਚਦੇ ਨੇ? ਕਿਉਂਕਿ ਲਾਗੇ ਤਾਗੇ ਦਾ ਏਰੀਆ ਦੀ ਗੱਲਬਾਤ ਕੀਤੀ ਜਾਵੇ ਤਾਂ ਜਲੰਧਰ ਦਾ ਜਿਹੜਾ ਲਾਗੇ ਤਾਗੇ ਦਾ ਏਰੀਆ ਹੈਗਾ, ਉਹਦੇ ਵਿੱਚ ਵੱਡੇ ਪੱਧਰ 'ਤੇ NRIs ਨੇ। NRIs ਵੱਲੋਂ ਜਿਹੜਾ 2022 ਦੇ ਵਿੱਚ ਆਮ ਆਦਮੀ ਪਾਰਟੀ ਨੂੰ ਵੱਡੇ ਮਾਰਜਨ ਦੇ ਨਾਲ ਜਿਤਾਇਆ ਗਿਆ, ਪਰ ਹੁਣ ਲੋਕ ਸਭਾ ਚੋਣਾਂ ਦੇ ਵਿੱਚ ਜਿਹੜੇ ਜਲੰਧਰੀਏ ਨੇ ਜਾਂ ਫਿਰ ਲਾਗੇ ਤਾਗੇ ਦੇ ਜਿਹੜੇ ਲੋਕ ਨੇ, ਉਹ ਕੀ ਲੱਗਦਾ ਕਿ ਆਖਿਰ ਕੀ ਸੋਚ ਕੇ ਵੋਟ ਪਾਉਣਗੇ? ਕਿਉਂਕਿ ਜਿਹੜੇ ਵੀ NRIs ਨੇ ਜਾਂ ਫਿਰ ਉਹਨਾਂ ਦੇ ਪਰਿਵਾਰ ਰਹਿੰਦੇ ਨੇ, ਉਹ ਕਾਫੀ ਕਰੀਬੀ ਦੇ ਨਾਲ ਰਾਜਨੀਤੀ ਨੂੰ ਦੇਖਦੇ ਆ ਔਰ ਕਾਫੀ ਚੀਜ਼ਾਂ ਦੇ ਵਿੱਚ ਅਵੇਅਰ ਵੀ ਨੇ, ਔਰ ਜਿਸ ਕਰਕੇ ਇਸ ਵਾਰੀ ਦੀ ਚੋਣ ਜਿਹੜੀ ਹੈਗੀ ਹੈ ਕਾਫੀ ਦਿਲਚਸਪ ਜਿਹੜੀ ਹੈ ਰਹਿਣ ਵਾਲੀ ਹੈ। NRIs ਦਾ ਕਿਤੇ ਨਾ ਕਿਤੇ ਸਾਥ ਕਿਹਨੂੰ ਮਿਲਦਾ? ਕਿਉਂਕਿ ਇੱਕ ਕਿਤੇ ਨਾ ਕਿਤੇ ਇਹ ਵੀ ਕਈ ਗੱਲ ਕਹੀ ਜਾਂਦੀ ਹੈ ਕਿ ਚੜ੍ਹ ਕੇ ਜਹਾਜ਼ਾਂ ਦੇ ਵਿੱਚ ਉੱਡ ਕੇ ਜਲੰਧਰੀਏ, ਹੁਣ ਆਧੇ ਜਲੰਧਰੀਏ ਤਾਂ ਬਾਹਰ ਨੇ ਔਰ ਕੁਛ ਆਏ ਵੀ ਨੇ ਵੋਟ ਪਾਉਣ ਦੇ ਲਈ, ਔਰ ਉਹ ਕੀ ਸੋਚ ਕੇ ਵੋਟ ਪਾਉਣਗੇ? ਕਿਉਂਕਿ ਇੱਕ ਕਿਤੇ ਨਾ ਕਿਤੇ ਵਿਲਾਇਤ ਰਹਿੰਦੇ ਨੇ, ਵਿਦੇਸ਼ ਰਹਿੰਦੇ ਨੇ ਔਰ ਸਾਰੇ ਮੁੱਦਿਆਂ ਨੂੰ ਬੜੀ ਕਰੀਬੀ ਦੇ ਨਾਲ ਦੇਖਦੇ ਨੇ, ਗਰਾਊਂਡ ਲੈਵਲ ਤੋਂ ਦੇਖਦੇ ਨੇ, ਅਤੇ ਉਸ ਤੋਂ ਬਾਅਦ ਹੁਣ ਵਿਸ਼ਵਾਸ ਕਿਹੜੀ ਪਾਰਟੀ 'ਤੇ ਕਰਨਗੇ, ਵੋਟ ਕਿਸ ਪਾਰਟੀ ਨੂੰ ਪਾਉਣਗੇ, ਜਲੰਧਰੋਂ ਕਿਹੜੀ ਪਾਰਟੀ ਅੱਗੇ ਚੱਲਦੀ ਹੈ, ਕੁਛ ਹੀ ਮਿੰਟਾਂ ਦੇ ਵਿੱਚ ਸਾਫ਼ ਹੋ ਜਾਵੇਗਾ। ਵੋਟਿੰਗ ਜਿਹੜੀ ਹੈ ਕੁਛ ਹੀ ਮਿੰਟਾਂ ਦੇ ਵਿੱਚ ਸ਼ੁਰੂ ਹੋਣ ਵਾਲੀ ਹੈ, ਪਰ ਦੇਖਣਾ ਇਹ ਹੋਵੇਗਾ ਕਿ ਆਖਰ ਫਾਈਟ ਜਿਹੜੀ ਹੈਗੀ ਹੈ 3 ਕੈਂਡੀਡੇਟਸ ਦੇ ਵਿੱਚ ਹੈਗੀ ਹੈ। ਪਹਿਲੇ ਨੰਬਰ 'ਤੇ ਨੇ ਚਰਨਜੀਤ ਸਿੰਘ ਚੰਨੀ, ਸੁਸ਼ੀਲ ਕੁਮਾਰ ਰਿੰਕੂ, ਤੀਜੇ 'ਤੇ ਨੇ ਪਵਨ ਕੁਮਾਰ ਟਿੰਨੂ। ਚਰਨਜੀਤ ਸਿੰਘ ਚੰਨੀ ਪੰਜਾਬ ਦੇ ਮੁੱਖ ਮੰਤਰੀ ਰਹੇ, ਉਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਜਦੋਂ ਉਹ ਰਹੇ 111 ਦਿਨ ਤੱਕ, ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਕਈ ਤਰ੍ਹਾਂ ਦੀਆਂ ਗੱਲਾਂ ਚੱਲੀਆਂ ਕਿ ਚੰਨੀ ਮਸਲੇ ਹੱਲ ਕਰਦਾ, ਇਹ ਕਰਕੇ ਜਿਸ ਕਰਕੇ ਇਹ ਚੀਜ਼ ਦੀ ਉਹਨਾਂ ਨੂੰ ਜਲੰਧਰ ਦੇ ਵਿੱਚ ਐਡਵਾਂਟੇਜ ਵੀ ਮਿਲੀ ਹੈ। ਸੁਸ਼ੀਲ ਕੁਮਾਰ ਰਿੰਕੂ ਇੱਥੇ ਲੋਕਲ ਨੇ, ਪਰ ਪਹਿਲਾਂ ਕਾਂਗਰਸ ਦੇ ਵਿੱਚ ਸੀਗੇ, ਫਿਰ ਝਾੜੂ ਦੇ ਵਿੱਚ ਗਏ ਅਤੇ ਫਿਰ BJP ਦੇ ਵਿੱਚ ਆ ਗਏ, ਜਿਸ ਕਰਕੇ ਵੀ ਲੋਕ ਜਿਹੜੇ ਨੇ ਕਿਤੇ ਨਾ ਕਿਤੇ ਇੱਕ ਵਾਰੀ ਸੋਚਣ 'ਤੇ ਮਜਬੂਰ ਹੋ ਗਏ। ਪਵਨ ਕੁਮਾਰ ਟਿੰਨੂ ਸ਼੍ਰੋਮਣੀ ਅਕਾਲੀ ਦਲ 'ਤੇ ਵਿਧਾਇਕ ਸੀਗੇ ਅਤੇ ਹੁਣ ਕਿਤੇ ਨਾ ਕਿਤੇ ਇਸ ਵਾਰੀ ਵਿਧਾਨ ਸਭਾ ਚੋਣਾਂ ਦੇ ਵਿੱਚ ਉਹਨਾਂ ਦੀ ਜਿੱਤ ਨਹੀਂ ਹੋਈ, ਪਰ ਹੁਣ ਕੁਛ ਹੀ ਟਾਈਮ ਪਹਿਲਾਂ ਜਿਹੜੀ ਹੈ ਲੋਕ ਸਭਾ ਚੋਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਦਾ ਪੱਲਾ ਫੜ ਲੈਂਦੇ ਆ। ਪਰ ਦੇਖਣਾ ਇਹ ਹੋਵੇਗਾ ਕਿ ਆਖਰ ਜਲੰਧਰੀਏ ਜਿਹੜੇ ਨੇ ਖਾਸ ਕਰ ਪਾਰਟੀ ਨੂੰ ਦੇਖ ਕੇ ਵੋਟ ਪਾਉਂਦੇ, ਕੈਂਡੀਡੇਟ ਨੂੰ ਦੇਖ ਕੇ ਵੋਟ ਪਾਉਂਦੇ ਆ, ਸੈਂਟਰ ਸਰਕਾਰ ਨੂੰ ਦੇਖ ਕੇ ਵੋਟ ਪਾਉਂਦੇ, ਸੂਬਾ ਸਰਕਾਰ ਨੂੰ ਦੇਖ ਕੇ ਵੋਟ ਪਾਉਂਦੇ, ਤਮਾਮ ਚੀਜ਼ਾਂ ਸਾਫ਼ ਹੋ ਜਾਣਗੀਆਂ। ਜਲੰਧਰ ਤੋਂ ਤਸਵੀਰਾਂ ਦਿਖਾਈਆਂ ਨੇ, ਜਲੰਧਰ ਦੀਆਂ ਤਸਵੀਰਾਂ ਨੂੰ ਲੈ ਕੇ ਖਾਸ ਕਰ ਅਗਰ ਤੁਸੀਂ ਵੀ ਜਲੰਧਰ ਤੋਂ ਔਰ ਲਾਗੇ ਤਾਗੇ ਰਹਿੰਦੇ ਹੋ ਤਾਂ ਤੁਸੀਂ ਵੀ ਵੋਟ ਪਾਈਏ, ਜਾਂ ਫਿਰ ਜਲੰਧਰ ਨੂੰ ਤੁਸੀਂ ਬੜੀ ਕਰੀਬੀ ਦੇ ਨਾਲ ਦੇਖਦੇ ਹੋ, ਕਿਉਂਕਿ ਜਲੰਧਰ ਦੇ ਵਿੱਚ 2-3 ਮੁੱਦੇ ਵੀ ਨੇ ਲੋਕਲ, ਕਿਉਂਕਿ ਇੱਥੇ ਚੋਰੀ ਚਕਾਰੀ ਜਿਹੜੀ ਹੈਗੀ ਹੈ, ਨਸ਼ਾ ਕਿਤੇ ਨਾ ਕਿਤੇ ਜਦੋਂ ਆਮ ਲੋਕਾਂ ਦੇ ਨਾਲ ਗੱਲ ਕੀਤੀ ਉਹ ਕਹਿ ਰਹੇ ਕਿ ਚੋਰੀ ਚਕਾਰੀ ਨਸ਼ਾ ਜਿਹੜਾ ਹੈਗਾ ਔਰ ਦੂਜੀ ਤਰਫ ਬੇਰੁਜ਼ਗਾਰੀ ਕਾਫੀ ਹੈਗੀ ਹੈ, ਜਿਸ ਕਰਕੇ ਕਾਫੀ ਕ੍ਰਾਈਮ ਜਿਹੜਾ ਜਲੰਧਰ ਦੇ ਵਿੱਚ ਵੱਧ ਰਿਹਾ। ਪਰ ਇਹ ਸਾਰੀਆਂ ਚੀਜ਼ਾਂ ਖਤਮ ਕੌਣ ਕਰੇਗਾ, ਲੋਕ ਕੀ ਸੋਚ ਕੇ ਵੋਟ ਪਾਉਣ, ਲੋਕਾਂ ਨੇ ਪਾਈ ਹੈ ਔਰ ਲੋਕ ਕਿਹਨੂੰ ਜਿਤਾਉਣਗੇ, ਤਮਾਮ ਚੀਜ਼ਾਂ ਕੁਛ ਹੀ ਦੇਰ ਦੇ ਵਿੱਚ ਸਾਫ਼ ਹੋ ਜਾਣਗੀਆਂ। ਵੀਡੀਓ ਜਰਨਲਿਸਟ ਅਮਨ ਦੇ ਨਾਲ ਮੈਂ ਪੰਜਾਬੀ TV ਜਲੰਧਰ।